ਉਹ ਲੈ ਬਈ ਆਪਾਂ ਹੁਣ ਸਾਰਾ ਸਮਾਨ ਚੱਕ ਲੈਣਾ। ਉਹ ਇਹ ਸਮਾਨ ਜਿਹੜਾ ਚੱਕਣਾ ਹੈ ਨਾ, ਮੈਂ ਤੁਹਾਨੂੰ ਦੱਸਦਾ ਕਿਉਂ ਚੱਕਣਾ। ਇੱਕ ਮਿੰਟ, ਇਹ ਸਮਾਨ ਚੱਕ ਕੇ ਆਪਾਂ ਇੱਥੇ ਰੱਖਤਾ, ਇੱਥੋਂ ਹੀ ਰੱਖ ਕੇ ਆਪਾਂ ਬਾਰੇ ਦੋ ਕੱਪ ਚਾਹ ਦੇ ਬਣਾ ਵੀਰ। ਯਾਰ ਤੂੰ ਆ ਕੀ ਕਰੀ ਜਾਂਦਾ? ਉਹ ਭਾਜੀ ਮੈਂ ਸਮਾਨ ਚੱਕ ਰਿਹਾ ਵਾਂ, ਖੜ ਜਾਓ ਤੁਸੀਂ ਜਰਾ। ਇੱਕ ਮਿੰਟ ਮੇਰੀ ਗੱਲ ਸੁਣ, ਐਨਕ ਲਾ ਕੇ ਨਾ ਇੱਧਰ ਰੱਖ ਦਿਓ ਜਰਾ, ਆਹ ਮੇਰਾ ਹੱਥ ਪਵਾਇਆ ਜਰਾ ਸਮਾਨ। ਯਾਰ ਹੁਣ ਆਉਂਦੇ ਆਉਂਦੇ ਕੰਮ ਕਰਾਏਗਾ ਮੈਂ, ਮੈਂ ਚਾਹ ਪੀਣ ਆਇਆ ਇੱਥੇ ਭਾਜੀ। ਇਹ ਤਾਂ ਕਰਾਵਾਂਗੇ ਹੁਣ। ਚੱਲ ਤੂੰ ਮੇਰਾ ਭਰਾ ਹੈ ਛੋਟਾ। ਬਿਲਕੁਲ ਭਾਜੀ, ਪਰ ਕਰੀ ਕੀ ਜਾਂਦਾ ਤੂੰ, ਮੈਨੂੰ ਐਂ ਤਾਂ ਦੱਸ। ਆ ਪਹਿਲਾਂ ਸਮਾਨ ਇੱਥੇ ਰੱਖ ਦਿਓ ਭਾਜੀ ਸਾਰਾ। ਹਾਂ ਹੁਣ ਇਹ ਆਪਾਂ ਇਹ ਆ ਲਓ, ਹੁਣ ਫੇਰ ਚੱਕ ਲਈਏ ਆਪਾਂ ਸਮਾਨ। ਇਹ ਕਮਲਾ, ਕਮਲਾ ਤੂੰ ਚਾਹ ਬਣਾ ਜੀ ਬੰਦਾ ਬਣੇ। ਕੀ ਹੋਇਆ, ਕੀ ਹੈ? ਉਹ ਤੈਨੂੰ ਹੋਇਆ ਕੀ, ਤੂੰ ਕਰੀ ਕੀ ਜਾਂਦਾ? ਉਹ ਭਾਜੀ ਮੈਨੂੰ ਤੁਹਾਡੇ ਗਾਣੇ ਦਾ ਅਸਰ ਹੋ ਗਿਆ ਵਾ। ਕਿਹੜੇ ਦਾ? ਉਹ ਚੱਕ 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 ਵੀ ਮੰਡੀਰ, ਸਾਰਾ ਸਮਾਨ ਮੈਂ ਭਾਜੀ ਚੱਕ ਦੇਣਾ ਵਾ। ਓਏ ਉਹ ਚੱਕ ਵੀ ਮੰਡੀਰ ਦਾ ਮਤਲਬ ਇਹ ਨਹੀਂ ਹੈਗਾ ਚੱਕ ਚੱਕ ਚੱਕ, ਹਾਂ ਉਹਦਾ ਮਤਲਬ ਹੈ ਚੱਕ ਕੇ ਰੱਖੋ, ਪਿੰਡਾਂ ਵਾਲਿਆਂ ਦਾ ਸਵੈਗ ਹੈ ਉਹ। ਅੱਛਾ, ਹਾਂਜੀ ਠੀਕ ਹੈ, ਮੈਨੂੰ ਲੱਗਾ ਖਰੇ ਸਮਾਨ ਚੱਕ ਕੇ ਰੱਖਣਾ ਇੱਧਰ ਤੇ ਉੱਧਰ। ਹੈ ਕਮਲਾ, ਚੱਲ ਫਿਰ ਚਾਹ ਬਣਾਈਏ। ਹਾਂ ਭਾਜੀ ਬਣਾਉਂਦੇ ਹਾਂ, ਪਹਿਲਾਂ ਇੱਕ ਵਾਰੀ ਸਵਾਗਤ ਤਾਂ ਕਰ ਦਈਏ ਫਿਰ ਤੁਹਾਡਾ। ਚੱਲ ਥੈਂਕ ਯੂ, ਬੈਠੋ ਫਿਰ ਕਰੀਏ ਨਾ। ਭਾਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਮੇਰੇ ਬ੍ਰਾਂਡ ਨਿਊ ਖੋਖੇ ਦੇ ਉੱਤੇ। ਬਹੁਤ ਮਿਹਰਬਾਨੀ ਵੀਰੇ, ਥੈਂਕ ਯੂ। ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਚਾਹ ਤੇ ਚੁਸਕੀ। ਥੈਂਕ ਯੂ ਜੀ, ਥੈਂਕ ਯੂ। ਤੇ ਅੱਜ ਮੇਰੇ ਖੋਖੇ ਤੇ ਆਏ ਨੇ ਦ ਵਨ ਐਂਡ ਓਨਲੀ ਜੱਸਾ ਜੱਟ ਜੱਸ ਬਾਜਵਾ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਮਿਹਰਬਾਨੀ ਆ। ਜਿਹੜਾ ਤੂੰ ਜੱਸਾ ਜੱਟ ਕਹਿਤਾ ਨਾ, ਉਹ ਮੇਰੇ ਦਿਲ ਚ ਉਤਰ ਗਿਆ। ਹਾਏ ਭਾਈ, ਪੌੜੀ ਲਾ ਕੇ ਉਤਰੇ ਕਿ ਰੱਸੀ ਨਾਲ? ਰੱਸੀ ਨਾਲ, ਉਹ ਸੇਫ ਆ ਕਿਉਂਕਿ ਉਹਦਾ ਇੱਕ ਕਾਰਨ ਹੈ। ਹਾਂਜੀ, ਜਿਹੜਾ ਬੰਦਾ ਰੱਸੀ ਨਾਲ ਉਤਰਨਾ ਥੱਲੇ ਸਿਖਾਲਾ ਦਿਲ ਚ ਨਾ, ਜਦੋਂ ਬੰਦਾ ਇੱਕ ਵਾਰੀ ਦਿਲ ਚ ਤੁਹਾਡੇ ਚ ਉਤਰ ਗਿਆ, ਉਹ ਦੁਬਾਰੇ ਨਿਕਲ ਨਹੀਂ ਸਕਦਾ। ਪੌੜੀ ਤੇ ਤਾਂ ਜਦੋਂ ਚਿੱਤ ਕਰੂਗਾ ਵੀ ਪੌੜੀਆਂ ਚੜ੍ਹ ਕੇ ਬਾਹਰ ਆ ਗਿਆ, ਰੱਸੀ ਨਾਲ ਉਹ ਹੀ ਬੰਦਾ ਨਿਕਲੂ ਜੇ ਜ਼ੋਰ ਹੋਊਗਾ। ਸੋ ਅਸੀਂ ਦਿਲ ਚ ਬੰਦੇ ਨੂੰ ਵਸਾ ਕੇ ਰੱਖਦੇ ਹਾਂ, ਤੂੰ ਸਾਡੇ ਦਿਲ ਚ ਵਸਦਾ। ਹਾਏ ਕੀ ਬਾਤ ਹੈ, ਥੈਂਕ ਯੂ ਸੋ ਮਚ। ਨਾਲ ਮੇਰਾ ਨਵਾਂ ਖੋਖਾ। ਅੱਛਾ, ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਮੁਬਾਰਕਾਂ ਭਾਜੀ। ਥੈਂਕ ਯੂ ਸੋ ਮਚ ਭਾਜੀ, ਤੇਰੇ ਨਵੇਂ ਚਾਹ ਤੇ ਚੁਸਕੀ ਲਈ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਤੇ ਤੁਹਾਨੂੰ ਵੀ ਭਾਜੀ ਬਹੁਤ ਬਹੁਤ ਮੁਬਾਰਕਾਂ, ਤੁਹਾਡਾ ਗਾਣਾ ਆਇਆ ਜੀ ਫਰਾਰ। ਬਹੁਤ ਮਿਹਰਬਾਨੀ, ਹੁਣ ਫਰਾਰ ਸੁਣਾ ਵੀ ਦਿਓ ਯਾਰ। ਹੋਏ ਕਿਵੇਂ ਚ ਪੈ ਰਹਿ, ਛੱਤੀ ਥਾਂ ਤੇ ਵਹਿ ਰਹਿ, ਮਾਰੇ ਉੱਥੇ ਫਹਿ ਰਹਿ, ਪੰਗਾ ਜਿੱਥੇ ਲੈ ਲਿਆ, ਨਿਕਲਦੇ ਬੰਬ ਨੀ ਸਾਰੇ ਬੰਦੇ ਲੰਬ ਨੀ, ਵੈਰੀ ਜਾਂਦਾ ਕੰਬ ਨੀ ਜੋ ਸਾਡੇ ਨਾਲ ਖਹਿ ਲਿਆ। ਹੋ ਫੀਲਿੰਗਾਂ ਟਰੂ ਨੇ, ਚਾਹ ਵਾਲੇ ਖੂਹ ਨੇ, ਫੀਲਿੰਗਾਂ ਟਰੂ ਨੇ, ਦਾਰੂ ਵਾਲੇ ਖੂਹ ਨੇ, ਕਰਦੇ ਇੰਜਣ ਝੂਠੀ ਚੱਲਦੇ ਜੋ ਚਾਲ ਨਹੀਂ। ਹੋ ਗੱਡੀਆਂ 'ਚ ਯਾਰ ਨੇ, ਘਰ ਤੋਂ ਫਰਾਰ ਨੇ, ਬੰਦੇ ਦਿਲਦਾਰ ਨੇ ਜੋ ਬੈਠੇ ਸਾਡੇ ਨਾਲ ਨੀ। ਆਏ ਕੀ ਬਾਤ ਹੈ ਜੀ, ਕੀ ਬਾਤ ਹੈ। ਭਾਈ ਦਾ ਗਾਣਾ ਆਇਆ ਜੀ ਫਰਾਰ, ਤੇ ਸਾਰੇ ਜਾਣੇ ਬਹੁਤ ਪਿਆਰ ਦੇ ਰਹੇ ਨੇ ਗਾਣੇ ਨੂੰ, ਤੇ ਭਾਈ ਨੂੰ ਤਾਂ ਪਿਆਰ ਤੁਸੀਂ ਆਲਰੇਡੀ ਇੰਨਾ ਦਿੱਤਾ। ਬਹੁਤ ਮਿਹਰਬਾਨੀ, ਬਹੁਤ ਸਾਰੇ ਦਰਸ਼ਕਾਂ ਦਾ, ਪਟਾਰਾ ਟੀਵੀ ਦੇਖ ਰਹੇ ਸਾਰੇ ਜਿੰਨੇ ਵੀ ਸਰੋਤੇ ਨੇ, ਬਹੁਤ ਤੁਹਾਡਾ ਥੈਂਕ ਯੂ, ਬਹੁਤ ਮਿਹਰਬਾਨੀ, ਤੇ ਨਾਲ ਦੀ ਨਾਲ ਤੁਹਾਡਾ ਵੀ। ਹਾਂਜੀ, ਅੱਛਾ ਭਾਜੀ ਤੁਸੀਂ ਖੋਖੇ ਤੇ ਆਏ ਹੁਣ, ਹੁਣ ਨਾ ਸ਼ੇਰੋ ਸ਼ਾਇਰੀ ਨਾ ਹੋਵੇ ਭਾਜੀ, ਇੱਦਾਂ ਹੋ ਹੀ ਨਹੀਂ ਸਕਦਾ। ਕੀ ਕਹਿੰਦੇ ਹੁੰਦੇ ਆ, ਇਰਸ਼ਾਦ। ਉਹ ਜਿਵੇਂ ਬਿੱਲੀ ਤੋਂ ਡਰਦਾ ਹੈ ਮਾਊਸ, ਮੁਰਸ਼ਾਦ ਜਿਵੇਂ ਬਿੱਲੀ ਤੋਂ ਡਰਦਾ ਹੈ ਮਾਊਸ, ਪਲੀਜ਼ ਵੈਲਕਮ ਜਸ ਬਾਜਵਾ ਇਨ ਦਾ ਹਾਊਸ ਇਨ ਦਾ। ਥੈਂਕ ਯੂ, ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ। ਅੱਛਾ ਪਾਰੇ, ਹਾਂਜੀ ਡੱਬੇ ਬਹੁਤ ਰੱਖੇ ਆ ਤੂੰ। ਹਾਂਜੀ ਭਾਜੀ, ਤੇ ਇਹਨਾਂ ਚੋਂ ਸਪੈਸ਼ਲ ਕੀ ਹੈ ਮੇਰੇ ਲਈ? ਸਪੈਸ਼ਲ, ਹਾਂ ਸਪੈਸ਼ਲ ਸਪੈਸ਼ਲ ਮਿਹਰਬਾਨ ਕਦਰਦਾਨ, ਥੋੜਾ ਬਸ ਇੱਧਰ ਨੂੰ ਘੁਮਾਓ ਤੇ ਸਿੱਧੀ ਨਜ਼ਰ ਮੇਰੇ ਬੂਥੇ ਤੇ ਪਾਓ। ਚਾਹ ਇੱਥੇ ਬਣਦੀ ਹੈ, ਮਿੱਠਾ ਪੱਤੀ ਠੋਕੇ ਵੱਡੇ ਵੱਡੇ ਬੰਦੇ ਪੀਂਦੇ ਫਿਰ ਗੱਡੀ ਲੋਕ ਕੇ, ਸੌ ਜਵੈਨ ਅਦਰਕ ਮਲਾਟੀ ਸਭ ਕੁਝ ਪਾਈਦਾ, ਸਤਾਰਾਂ ਕੋਲ ਤਾਂ ਫਿਰ ਉਬਾਲਾ ਵੀ ਲਵਾਈਦਾ। ਚਾਹ ਮੇਰੀ ਨਾਲ ਨਾ ਹੁੰਦਾ ਕਾਲਾ ਜੀ ਪੀਵੇ ਕੋਈ ਵਿਰਲਾ ਕਰਮਾ ਪੱਗਾਂ ਵਾਲਾ ਜੀ, ਜਿਹੜਾ ਵੀ ਬਾਹਰ ਦੇ ਖੋਕੇ ਉੱਤੇ ਆਊਗਾ ਹਿੱਟ ਹੋ ਜਾਊਗਾ, ਲਿੱਟ ਹੋ ਜਾਊਗਾ, ਮੈਂ ਕਮਾਲ ਹੀ ਹੋ ਜਾਏਗੀ ਪਈ ਨਾ ਸੁਣ। ਖੋਖੇ ਦੇ ਬਣਾਉਣੇ ਹੁਣ ਚਾਹ ਵਿਦ ਜੱਸਾ ਜੱਟ। ਆਓ ਜੀ ਫਿਰ, ਆ ਜਾਓ ਜੀ। ਕੀ ਬਾਤ ਹੈ ਜੀ, ਕੀ ਬਾਤ ਹੈ, ਪਹੁੰਚ ਗਏ ਅਸੀਂ ਹੁਣ ਖੋਖੇ ਤੇ। ਵਾਹ ਜੀ ਵਾਹ, ਦੇਖੋ ਭਾਜੀ ਹੈ ਕਿਆ ਬਾਤ ਹੈ ਵੀ, ਸਾਰਾ ਸਿਸਟਮ ਰੱਖਿਆ ਹੈ, ਲੈਟਾਂ ਸ਼ਟਾਂ ਕੱਪ ਕੋਪ ਮੂਰੇ ਟੰਗੇ ਨੇ, ਗਾਹਕ ਚੰਗੇ ਪੈਂਦੇ ਲੱਗਦੇ ਤੇਰੇ। ਕਿੰਨੇ ਪੈਸੇ ਬਣਾ ਲੈਣਾ ਦਿਹਾੜੀ 'ਚ? ਪਿਆਰ ਹੀ ਹੈ ਭਾਜੀ, ਪਿਆਰ ਹੀ ਹੈ। ਅੱਛਾ ਭਾਜੀ, ਤੁਹਾਨੂੰ ਜਦੋਂ ਤੁਸੀਂ ਸਟਾਰਟਿੰਗ ਕੀਤੀ ਸੀਗੀ ਸ਼ੋਅ ਸ਼ੂ ਲਾਉਣ ਦੀ, ਤੁਹਾਨੂੰ ਵੀ ਭਾਜੀ ਮੇਰੇ ਵਾਂਗ ਵੀ ਪਿਆਰ ਮਿਲਿਆ ਸੀਗਾ? ਮੈਨੂੰ ਚੇਤੇ ਹੈ ਕਿ ਮੇਰੀ ਨਾ ਐਲਬਮ ਬਾਈ ਆਈ ਥਿੰਕ ਨਵੰਬਰ 'ਚ। ਅੱਛਾ ਜੀ, ਅਤੇ ਬਾਬੇ ਦੀ ਕਿਰਪਾ ਨਾਲ ਉਹ ਚੱਕ ਵੀ ਮੰਡੀਰ ਪਹਿਲੀ ਟੇਪ ਆਪਣੀ ਇੰਨੀ ਵਧੀਆ ਗਈ, ਸਾਡਾ ਛੇਵੇਂ ਕੁ ਦਿਨ ਪ੍ਰੋਗਰਾਮ ਬੁੱਕ ਹੋ ਗਿਆ। ਹਾਂਜੀ, ਮਰਿੰਡੇ ਵਿਆਹ ਸੀ ਜਿਹੜਾ ਮੈਂ ਪਹਿਲਾ ਪ੍ਰੋਗਰਾਮ ਲਾਇਆ, ਅਤੇ ਮੈਨੂੰ ਨਹੀਂ ਪਤਾ ਸੀ ਕਿ ਕਿਵੇਂ ਕੀ ਪੈਸੇ ਮੰਗੀਦੇ ਆ, ਕਿਉਂਕਿ ਆਪਣਾ ਜਨੂਨ ਇਹ ਸੀ ਕਿ ਕਲਾਕਾਰ ਬਣਨਾ, ਉਹ ਸਟਰਗਲ ਵੀ ਸੀ ਪਿੱਛੇ 7-8 ਸਾਲ ਦੀ, ਬਟ
ਇਹ ਨਹੀਂ ਪਤਾ ਸੀ ਵੀ ਕਲਾਕਾਰ ਬਣ ਕੇ ਕਰੀਦਾ ਕੀ ਹੁੰਦਾ ਨਾ ਲੋਕਾਂ ਤੋਂ ਪੈਸਾ ਵੀ, ਕਿਉਂਕਿ ਦੇਖੋ ਕਮਰਸ਼ੀਅਲ ਆ ਸਾਰੀਆਂ ਚੀਜ਼ਾਂ, ਮਿਹਨਤ ਬੰਦਾ ਕਰਦਾ, ਜਦੋਂ ਤੁਹਾਡਾ ਸ਼ੌਂਕ ਹੀ ਤੁਹਾਡਾ ਪ੍ਰੋਫੈਸ਼ਨ ਬਣ ਜਾਂਦਾ, ਇਹਦੇ ਵਰਗੀ ਹੋਰ ਕੋਈ ਰੀਸ ਨਹੀਂ ਹੈਗੀ। ਗੁੜ ਪਾਵਾਂਗੇ? ਹਾਂ ਗੁੜ ਪਾ, ਗੁੜ ਪਾ ਬਿਲਕੁਲ ਪਾ ਲੋ ਨਾ, ਮੈਂ ਤੇਰਾ ਕੰਮ ਈਜ਼ੀ ਕਰ ਦਿੰਦਾ, ਮੈਂ ਥੋੜ੍ਹਾ ਹੈ ਨਾ ਲਾਚੀਆਂ। ਜਸ ਬਾਜਵਾ ਜੀ ਹੁਣ ਲਾਚੀਆਂ ਕੁੱਟਣਗੇ ਬਾਰੇ ਦੇ ਗੋਕੇ ਦੇ। ਯਾਰ ਪਾਰਾ ਤਾਂ ਤੂੰ ਲੋਕਾਂ ਲਈ ਆ, ਸਾਡਾ ਤਾਂ ਭਰਾ ਹੈ, ਆਏ ਸਾਡੇ ਤਾਂ ਹੱਡਾਂ 'ਚ ਵਸਿਆ। ਤੇ ਆਪਾਂ ਗੱਲ ਕਰਦੇ ਸੀ ਤੇ ਮੈਨੂੰ ਪਤਾ ਨਾ ਲੱਗੇ, ਉਹ ਕਹਿੰਦੇ ਜੀ ਪੈਸੇ ਦੱਸੋ ਕਿੰਨੇ, ਮੈਂ ਕਿਹਾ ਜੀ ਸਾਨੂੰ ਦੇ ਦਿਓ 80,000 ਰੁਪਇਆ। ਅੱਛਾ ਹਾਂ, ਤੇ ਚਲ ਉਹ ਕਹਿੰਦੇ ਵੀ ਮੈਨੂੰ ਲੱਗਿਆ ਜਦੋਂ ਉਹਨਾਂ ਨੇ ਕਹਿਤਾ ਜੀ ਡਨ, ਉਹ ਫਿਰ ਬੰਦੇ ਨੂੰ ਹੁੰਦਾ ਹੀ ਆ ਵੀ ਯਾਰ ਆਪਾਂ ਘੱਟ ਨਹੀਂ ਮੰਗਲੇ, ਪਹਿਲੀ ਸੱਟ ਯੈਸ ਕਰ ਗਿਆ। ਉਹ ਕਹਿੰਦੇ ਵੀ ਚਲੋ ਡਨ ਹੋ ਗਿਆ ਜੀ, ਵੀ 80,000 ਰੁਪਇਆ ਡਨ। ਚਲੋ ਜੀ ਅਸੀਂ ਪ੍ਰੋਗਰਾਮ ਲਾ ਕੇ ਆਏ ਤੇ ਜਦੋਂ ਸਾਡੇ ਖਰਚੇ ਖੁਰਚੇ ਕੱਢ ਕੇ ਸਾਨੂੰ ਨਾ ਪ੍ਰੋਗਰਾਮ ਪਹਿਲੀ ਪੇਮੈਂਟ ਜਿਹੜੀ ਸਾਨੂੰ ਬਚੀ ਸਮਥਿੰਗ 46-47,000 ਰੁਪਇਆ, ਬਾਕੀ ਸਾਡੇ ਸਾਜੀਆਂ ਦੇ ਅਤੇ ਸਾਊਂਡ ਦਾ ਨਿਕਲ ਗਿਆ। ਠੀਕ ਹੈ ਜੀ। ਅਤੇ ਤੂੰ ਬਿਲੀਵ ਕਰੀ ਮਰਿੰਡੇ ਤੋਂ ਲੈ ਕੇ ਮੋਹਾਲੀ ਤੱਕ ਅਸੀਂ 45,000 ਰੁਪਇਆ ਪੰਜ ਬੰਦਿਆਂ ਨੇ ਘੱਟੋ ਘੱਟ ਨਾ ਨਾ ਕਰਦੇ 15-20 ਵਾਰੀ ਗਿਣਤ। ਸੋ ਇੰਨਾ ਪਿਆਰ ਮਿਲਿਆ, ਉਹ ਪਿਆਰ ਦੀ ਗੱਲ, ਪਰ ਉਹ ਜਿੰਨਾ ਸਵਾਦ ਉਸ ਦਿਨ ਆਇਆ ਮੈਨੂੰ ਲੱਗਦਾ ਚਲੋ ਅੱਜ ਵੀ ਹਰ ਇੱਕ ਥਾਂ 'ਤੇ ਆਪਾਂ ਜਾਂਦੇ ਹਾਂ ਆਪਦਾ ਪਰਿਵਾਰ ਸਮਝ ਕੇ ਹਰ ਇੱਕ ਥਾਂ 'ਤੇ ਪਰਫੋਰਮ ਕਰੀਦਾ, ਸਪੈਸ਼ਲੀ ਵਿਆਹਾਂ 'ਚ ਨਾ, ਜੇ ਬਾਹਰਲੇ ਮੁਲਕਾਂ 'ਚ ਬਹੁਤ ਲੋਕ ਹੱਥਾਂ 'ਤੇ ਚੱਕਦੇ ਆ। ਅੱਛਾ ਭਾਅ ਜੀ, ਪਹਿਲਾਂ ਜਦੋਂ ਵੀਜ਼ਾ ਲੱਗਾ, ਹਾਂਜੀ, ਤੇ ਉਦੋਂ ਭਾਅ ਜੀ ਤੁਸੀਂ ਫਿਰ ਜਦੋਂ ਬਾਹਰਲੀ ਕੰਟਰੀ ਗਏ ਤੇ ਕੀ ਆਇਆ ਭਾਅ ਜੀ? ਪਹਿਲੀ ਵਾਰੀ ਮੈਂ ਜ਼ਿੰਦਗੀ 'ਚ ਦੁਬਈ ਗਿਆ ਸੀਗਾ ਪਰਫੋਰਮ ਕਰਨ ਦੇ ਲਈ। ਤੇ ਜਹਾਜ਼ ਦਾ ਕਰੇਜ਼ ਤਾਂ ਬੜਾ ਸੀ ਜਹਾਜ਼ 'ਚ ਬਹਿਣਾ, ਤੇ ਜਦੋਂ ਵੀਰੋ 'ਚ ਬੈਠੇ, ਜਦੋਂ ਬੈਠੇ ਤੇ ਨਾਲ ਇੱਧਰ ਸਾਡੇ ਸੱਜਣ ਬੈਠੇ, ਇੱਧਰ ਮੈਂ ਬੈਠਾ, ਜਹਾਜ਼ ਇੱਦਾਂ ਜਦੋਂ ਭੱਜਿਆ ਥੋੜ੍ਹਾ ਥੋੜ੍ਹਾ ਉਹਨਾਂ ਮੈਨੂੰ ਖੋਜ ਪੈਂਦੀ। ਹਾਂ, ਤੇ ਜਦੋਂ ਉਹ ਇੱਦਾਂ ਹੋਇਆ ਤੇ ਨਾਲ ਹੀ ਜੱਸੇ ਜੱਟ ਨੂੰ ਇੱਦਾਂ ਹੋ ਗਈ ਵੀ ਰੋਕੋ ਵੀ ਰੋਕੋ ਰੋਕੋ ਰੋਕੋ, ਮੈਂ ਨਹੀਂ, ਮੈਂ ਕਿਹਾ ਜਾਣਾ, ਮੈਂ ਤਾਂ ਉਹ 'ਚ ਰੌਲਾ ਪਾਤਾ। ਅੱਛਾ, ਤੇ ਮੈਨੂੰ ਤਾਂ ਇਹ ਲੱਗਿਆ ਵੀ ਮੇਰੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ। ਉਹ ਏਅਰ ਹੋਸਟਸ ਆਈ ਬੀਬੀ ਵਿਚਾਰੀ, ਉਹਨੇ ਮੈਨੂੰ ਐਂ ਕੰਬਲ ਕੁੰਬਲ ਜਿਹਾ ਦਿੱਤਾ, ਮੈਨੂੰ ਤਾਂ ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਇਹ ਬਿਜ਼ਨਸ ਕਲਾਸ ਹੈ, ਉਹਦਾ ਜਹਾਜ਼ ਹੀ ਵੱਡੀ ਗੱਲ ਸੀ ਨਾ, ਕਲਾਸਾਂ ਦਾ ਤਾਂ ਪਤਾ ਹੀ ਨਹੀਂ ਸੀ, ਉਹ ਤਾਂ ਹੁਣ ਪਤਾ ਲੱਗਿਆ। ਅਸੀਂ ਤਾਂ ਸਕੂਲ ਨਹੀਂ ਲਾਈਆਂ ਕਲਾਸਾਂ ਤੇ, ਉਹਨੇ ਸਹੀ ਸਹੀ ਹੈ, ਜ਼ਿਆਦਾ ਕਲਾਸਾਂ 'ਚ ਕਦੇ ਗਏ ਹੋਈਏ ਤਾਂ ਦਾ ਪਤਾ ਲੱਗੇ ਵੀ ਇਹ ਕਿਹੜੀ ਕਲਾਸ। ਅਤੇ ਮੈਨੂੰ ਉਹ ਲੈ ਗਈ ਆਪਣਾ ਅੰਦਰ, ਉਹਨੇ ਜਾ ਕੇ ਮੈਨੂੰ ਪਾਤਾ ਉਹਦੇ 'ਚ, ਅਤੇ ਚਲੋ ਅਸੀਂ ਦੁਬਈ ਪਰਫੋਰਮ ਕੀਤਾ, ਮੁੜ ਕੇ ਆ ਗਏ ਹੌਲੀ ਹੌਲੀ ਜੱਕ, ਮਤਲਬ 2-3 ਸਾਲ ਮੈਂ ਰੈਗੂਲਰ ਟਰੈਵਲ ਕਰਦਾ ਰਿਹਾ, 4 ਸਾਲ, ਅਤੇ ਮੈਨੂੰ 2 ਕੁ ਸਾਲ ਡਰ ਲੱਗਿਆ ਅਤੇ ਹੁਣ ਠੀਕ ਹੈ, ਹਾਲੇ ਵੀ ਮੈਂ ਡਰ ਜਾਂਦਾ ਜਦੋਂ ਜ਼ਿਆਦਾ ਜਹਾਜ਼ ਹਿੱਲਦਾ। ਕਿਆ ਬਾਤ ਹੈ, ਬੜੀ ਵਧੀਆ ਮੈਮਰੀ ਭਾਅ ਜੀ ਤੁਹਾਡੀ, ਪਹਿਲੀ ਵਾਰੀ ਭਾਅ ਜੀ ਦੁਬਈ ਗਏ। ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਭਾਅ ਜੀ, ਤੁਹਾਡੇ ਹਰ ਗਾਣੇ ਦੇ ਵਿੱਚ ਨਾ ਰੇਂਜ ਹੁੰਦੀ ਹੈ, ਰੇਂਜ ਰੋਵਰ ਹੁੰਦੀ ਹੈ, ਇਹ ਭਾਅ ਜੀ ਤੁਹਾਡੀ ਰੇਂਜ 'ਚ ਜ਼ਿਆਦਾ ਹੈ ਕਿ ਸਾਡੀ ਰੇਂਜ 'ਚ ਬਾਰੀ ਹੈ? ਉਹ ਮੰਗ ਵੀ ਹੁੰਦੀ ਹੈ, ਆਪਣੀ ਵੀ ਰੇਂਜ 'ਚ ਹੈ ਨਹੀਂ ਵੀਰ। ਵੈਸੇ ਭਾਅ ਜੀ ਤੁਹਾਨੂੰ ਪਤਾ ਨਹੀਂ ਹੈਗੀ, ਪਤਾ ਨਹੀਂ ਨਹੀਂ ਹੈਗੀ, ਪਰ ਆਪਣੇ ਵੀਰ ਭਾਈਆਂ ਦੀ ਹੈ ਤਾਂ ਉਹ ਸਮਝ ਲਓ ਆਪਣੀ ਹੀ ਹੈ, ਆਪਣੀ ਹੀ ਹੈ। ਠੀਕ ਹੈ, ਜੇ ਮੇਰੇ ਕੋਲ ਹੈ ਤਾਂ ਉਹ ਤੇਰੀ ਹੈ, ਜੇ ਤੇਰੇ ਕੋਲ ਹੈ ਤਾਂ ਉਹ ਮੇਰੀ ਹੈ। ਕਿਆ ਬਾਤ ਹੈ ਭਾਅ ਜੀ, ਬਹੁਤ ਵਧੀਆ। ਅੱਛਾ ਭਾਅ ਜੀ, ਚਾਹ ਬਣ ਗਈ ਆ, ਹੁਣ ਆਪਾਂ ਥੋੜ੍ਹਾ ਥੋੜ੍ਹਾ ਘੁੱਟ ਵੀ ਲਾਈਏ। ਕਿਆ ਬਾਤ ਹੈ। ਅੱਛਾ, ਮੈਨੂੰ ਵੱਡੇ ਗਲਾਸ 'ਚ ਪਾ ਵੀਰ, ਲੋ ਚਾਹ ਦਾ ਮੈਂ ਸ਼ੌਂਕੀ ਹਾਂ, ਤੈਨੂੰ ਪਹਿਲਾਂ ਕਿਹਾ ਮਿੱਠਾ ਪੱਤੀ ਤੇਜ਼ ਹੋਵੇ, ਪੱਤੀ ਵਾਰ ਨੂੰ ਵੀ ਤੈਨੂੰ ਕਿਹਾ ਵੀ ਥੋੜ੍ਹੀ ਜ਼ਿਆਦਾ ਪਾ ਲਈ, ਪੱਤੀ ਸੀ ਭਾਅ ਜੀ, ਪੱਤੀ ਸੀ, ਤੁਸੀਂ ਕਹਿਣਾ ਪਾਰੇ ਤੂੰ ਨਾਲ ਹੀ ਚੱਲ ਹੁਣ। ਅੱਛਾ, ਐਕਸਕਿਊਜ਼ ਮੀ, ਗਾਣੇ ਵੇਲੇ ਮੈਂ ਆਇਆ ਸੀ ਇੱਥੇ, ਹਾਂਜੀ ਹੈ ਨਾ ਜੀ, ਤੈਨੂੰ ਮੈਂ ਇੱਕ ਟਰੈਕ ਕਰਕੇ ਦਿਖਾਉਣਾ, ਉਹਦੀ ਗਾਣੇ ਦੀ ਇੱਕ ਯਾਦ ਜੁੜੀ ਹੋਈ ਆ, ਜਿਨ੍ਹਾਂ ਨੇ ਉਹ ਵੀਡੀਓ ਦੇਖੀ ਹੋਊਗੀ ਉਹਨਾਂ ਨੂੰ ਇਹ ਚੇਤੇ ਆ ਜੂਗਾ ਸੀਨ। ਮੈਂ ਨਾ ਆਸਟ੍ਰੇਲੀਆ ਗਿਆ ਹੋਇਆ ਸੀ, ਹਾਂ, ਸਿਡਨੀ, ਤੇ ਉੱਥੇ ਇੱਕ ਬੱਚੀ ਸੀ 12-13 ਸਾਲ ਦੀ ਜੀ, ਤੇ ਉਹਨਾਂ ਦੇ ਘਰਦਿਆਂ ਦਾ ਸਾਨੂੰ ਫੋਨ ਆਇਆ ਕਿ ਤੁਸੀਂ ਨਾ ਜੀ ਆਓ ਸਾਡੇ, ਨਾ ਸਾਡੀ ਬੇਟੀ ਆ ਜਿਹੜੀ ਜੀ, ਚੀਅਰਸ, ਕਿਆ ਬਾਤ ਹੈ, ਇਹ ਤੁਹਾਡੀ ਲਾਈਕ ਤੁਹਾਨੂੰ ਲਾਈਕ ਤੁਹਾਡੇ ਗਾਣੇ ਉਹ ਸੁਣਦੀ ਹੈ, ਅਤੇ ਉਹ ਆ ਕੇ ਮੇਰੇ ਉਹ ਐਂ ਜਿਵੇਂ ਬਗਲ 'ਚ ਤੂੰ ਖੜਾ ਉਹ ਬੈਠੀ ਸੋਫੇ 'ਤੇ, ਵੱਡੇ ਵੱਡੇ ਉਹਨਾਂ ਦੇ ਸੋਫੇ, ਅਮੀਰ ਲੋਕ, ਇਹਨਾਂ ਚਾਹ 'ਚੋਂ ਲੈ ਕੇ ਆਏ ਉਹ ਨਾਲ ਖਾਣ ਪੀਣ ਵਾਲਾ ਲੈਂਦਾ ਉਹਨਾਂ ਨੇ ਸਮਾਨ ਜਿਹਾ, ਅਤੇ ਮਤਲਬ ਇੰਨੀਆਂ ਕੁ ਟਰੇਆਂ ਸੀ ਕੁਛ ਪਤਾ ਹੀ ਨਹੀਂ ਲੱਗਿਆ। ਹਾਂ, ਹੁਣ ਆਪਾਂ ਉੱਠ ਕੇ ਤਾਂ ਪਿੰਡਾਂ 'ਚ ਵੀ ਗਏ ਹਾਂ ਨਾ, ਚਾਹੇ ਕਲਾਕਾਰ ਬਣ ਗਏ ਉਹ ਡਿਫਰੈਂਟ ਗੱਲ ਹੈ ਨਾ, ਹੈ ਤਾਂ ਫੈਨ ਮੱਠੀ ਵਾਲੀ, ਅਤੇ ਉਹ ਗੁੱਡੀ ਆਪਣਾ ਮੇਰੇ ਲਾਗੇ ਬੈਠੀ ਅਤੇ ਚਾਹ ਲੈ ਕੇ ਆਇਆ ਉਹਨਾਂ ਦਾ ਨੌਕਰ। ਅੱਛਾ, ਬਾਹਰਲਿਆਂ ਨੂੰ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਵੀ ਤੁਸੀਂ ਚਾਹ ਬਹੁਤ ਫਿੱਕੀ ਬਣਾਉਂਦੇ ਹੋ ਭਾਈ, ਮਿੱਠਾ ਥੋੜ੍ਹਾ ਵੱਧ ਪੈ, ਇਹ ਤਾਂ ਫਿੱਕੀ ਚਾਹ ਜਾਵਾਂ। ਮੈਂ ਬਿਸਕੁਟ ਚੱਕਿਆ ਅਤੇ ਮੈਂ ਚਾਹ 'ਚ ਡਬੋ ਲਿਆ, ਜਦੋਂ ਮੈਂ ਬਿਸਕੁਟ ਇੱਦਾਂ ਕਰਕੇ ਚਾਹ 'ਚ ਡਬੋਇਆ ਅਤੇ ਉੱਧਰੋਂ ਉਹ ਕੁੜੀ ਕਹਿੰਦੀ ਇਹ ਉਹ ਕਹਿੰਦੀ ਮਤਲਬ ਅੰਗਰੇਜ਼ੀ 'ਚ ਉਹਨੇ ਕਾਫ਼ੀ ਕੁਛ ਮਤਲਬ ਮੇਰੀ ਸ਼ਾਨ ਦੇ ਖਿਲਾਫ਼ ਹੀ ਕਿਹਾ, ਸਮਝਦਾ ਮੈਨੂੰ ਆਇਆ ਨਹੀਂ ਕਿਉਂਕਿ ਬਾਹਰਲੀ ਬੋਰਨ ਸੀ, ਮਤਲਬ ਉਹਨੇ ਲਾਈਕ ਨਹੀਂ ਕੀਤਾ, ਜਦ ਭੱਜ ਕੇ ਪੌੜੀਆਂ ਚੜ੍ਹ ਗਈ, ਮੁੜ ਕੇ ਉੱਥੇ ਉਹਨਾਂ ਦਾ ਬਜ਼ੁਰਗ ਬੈਠਾ ਦਾਦਾ ਕਵਰ ਕਰੀ ਜਾਵੇ, ਉਹ
ਉਹ ਬੱਚੇ ਨੇ ਇਹ ਇੱਥੇ ਗੋਰੇ ਇੱਦਾਂ ਹੀ ਕਰਦੇ ਆ ਆਪਾਂ ਤਾਂ ਪਿੰਡਾਂ 'ਚ ਮੈਂ ਤਾਂ ਆਪ ਬੇਟਾ ਡਬੋ ਡਬੋ ਕੀ ਕਰਨਾ ਉਹ ਫਿਰ ਸੀਨ ਅਸੀਂ ਐਕਸਕਿਊਜ਼ ਮੀ ਗਾਣੇ 'ਚ ਪਾਇਆ ਕਿ ਮੁੰਡਾ ਇੱਦਾਂ ਚਾਹ 'ਚ ਡਬੋ ਕੇ ਬਿਸਕੁਟ ਖਾਂਦਾ ਅਤੇ ਕੁੜੀ ਉਹਨੂੰ ਇੱਦਾਂ ਹੀ ਕਿ ਜਿਵੇਂ ਕੁੜੀਆਂ ਕਹਿ ਉੱਧਰ ਮਾੜੇ ਕਰਕੇ ਦਿਖਾ ਕਿੰਨੇ ਚਿਰ ਬਾਅਦ ਖਾਦਾ ਬਹੁਤ ਮਿਹਰਬਾਨੀ ਪਟਾਰਾ ਦਾ ਫੈਨ ਵੈਸੇ ਤਾਂ ਜਿਹੜੇ ਚੈਨਲ ਨੇ ਉਹ ਫੈਨ ਬਣਾਉਂਦੇ ਹੁੰਦੇ ਨੇ ਗਾਣਿਆਂ ਦੇ ਜਿਹੜੇ ਪਰ ਤੁਸੀਂ ਫੈਨ ਖੜਾਏ ਤੇ ਬਹੁਤ ਮਿਹਰਬਾਨੀ ਤੁਹਾਡੀ ਵਾਹ ਯਾਰ ਨਾਲੇ ਚਾਹ ਪੀਓ ਨਾਲੇ ਪਾਰਾ ਪਾਰਾ ਕਰੋ ਅੱਛਾ ਭਾਈ ਜੇਕਰ ਤੁਹਾਨੂੰ ਲੁੱਡੋ ਵਾਲੀ ਪੌੜੀ ਦੇ ਦਿੱਤੀ ਜਾਵੇ ਉਹ ਤੁਸੀਂ ਲਾ ਕੇ ਕਿੱਥੇ ਚੜ ਜੂਗੇ ਮੈਂ ਉੱਥੇ ਚੜ ਜੂ ਜਿੱਥੇ ਅੱਜ ਦੀ ਡੇਟ 'ਚ ਹਰ ਇੱਕ ਬੰਦਾ ਚੜ੍ਹਨਾ ਚਾਹੁੰਦਾ ਕਿੱਥੇ ਕਰੋਨਾ ਵਾਇਰਸ ਤੋਂ ਬਚਣ ਲਈ ਕਿਤੇ ਉੱਚੀ ਥਾਂ 'ਤੇ ਸਹੀ ਗੱਲ ਹੈ ਯਾਰ ਕਰੋਨਾ ਵਾਇਰਸ ਤੋਂ ਸਾਰੇ ਮਤਲਬ ਬਚ ਕੇ ਰਹੋ ਹੈ ਨਾ ਆਪਣਾ ਪਰਹੇਜ਼ ਦੇਖੋ ਜਿਹੜੀ ਪ੍ਰਿਕੋਸ਼ਨ ਹੈ ਉਹ ਮਸਟ ਹੈ ਸੋ ਸਾਰੇ ਜਣੇ ਜ਼ਰੂਰ ਆਪਣਾ ਉਹ ਸੈਨੀਟਾਈਜ਼ਰ ਹਾਂ ਅਤੇ ਨਾਲ ਆਪਦਾ ਜਿਵੇਂ ਮੈਂ ਆਪਣੇ ਪਾਰੇ ਨਾਲ ਪਿਆਰ ਤਾਂ ਬਹੁਤ ਹੈ ਪਰ ਨਾਲ ਦੀ ਨਾਲ ਮੈਂ ਇੱਕ ਮੀਟਰ ਜਿਵੇਂ ਕਹਿੰਦਾ ਦੂਰੀ ਬਣਾਈ ਹੋਈ ਹੈ ਤਾਂ ਹੀ ਤੁਸੀਂ ਉੱਥੇ ਵੀ ਨੋਟ ਕੀਤਾ ਹੋਣਾ ਮੈਂ ਪਰਲੇ ਪਾਸੇ ਖੜਾ ਇਹ ਪਿਆਰ ਹੈ ਨਾ ਤੇਰੇ ਨਾਲ ਹਾਂ ਪਿਆਰ ਹੈ ਬਸ ਕੀ ਬਾਤ ਹੈ ਭਾਜੀ ਥੈਂਕ ਯੂ ਸੋ ਮਚ ਭਾਜੀ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਅਤੇ ਮੇਰੀ ਚਾਹ ਨੂੰ ਵੀ ਇੰਨਾ ਪਿਆਰ ਕਰ ਰਹੇ ਹੋ ਅੱਛਾ ਭਾਈ ਜਦੋਂ ਪਿੰਡਾਂ ਵਾਲੇ ਦੀ ਗੱਲ ਕਰਦੇ ਪਏ ਸੀ ਆਪਾਂ ਹੈ ਨਾ ਅਤੇ ਪਿੰਡਾਂ 'ਚ ਭਾਜੀ ਤੁਹਾਨੂੰ ਪਿਆਰ ਬਹੁਤ ਮਿਲਦਾ ਹੈ ਨਾ ਅਤੇ ਨਾ ਉਦੋਂ ਗਾਣਿਆਂ ਦੇ ਵਿੱਚ ਵੀ ਤੁਸੀਂ ਟਰੈਕਟਰ ਯੂਜ਼ ਕਰਦੇ ਹੋ ਪਿਆਰ ਵੀ ਮਿਲਦਾ ਹੁਣ ਤਾਂ ਰੋਟੀ ਪਾਣੀ ਵੀ ਪਿੰਡਾਂ ਵਾਲਿਆਂ ਦੇ ਸਿਰ 'ਤੇ ਚੱਲਦਾ ਅੱਛਾ ਅਤੇ ਭਾਜੀ ਟਰੈਕਟਰ 'ਤੇ ਤੁਸੀਂ ਕਿਹੜਾ ਗਾਣਾ ਸੁਣਦੇ ਹੋ ਭਾਜੀ ਰਿਪੀਟ 'ਤੇ ਵੀਰੇ ਮੈਂ ਜ਼ਿਆਦਾ ਸਦੀਕ ਸਾਹਿਬ ਨੂੰ ਬਹੁਤ ਸੁਣਿਆ ਅੱਛਾ ਜੀ ਅਤੇ ਮੈਂ ਅਕਸਰ ਜਿਵੇਂ ਇੱਕ ਗਾਣਾ ਮੈਨੂੰ ਉਹਨਾਂ ਦਾ ਬੜਾ ਪਸੰਦ ਹੈ ਗੁਣਗੁਣਾਤਮਾ ਭਾਜੀ ਥੋੜ੍ਹਾ ਕਲਾਕਾਰ ਕਰਦੇ ਹੁੰਦੇ ਨਾ ਆਪੇ ਭੌਰ ਨੇ ਥੱਪੀਆਂ ਰੋਟੀਆਂ ਆਪੇ ਭੌਰ ਨੇ ਥੱਪੀਆਂ ਰੋਟੀਆਂ ਆਪੇ ਦਾਲ ਬਣਾਈ ਨੀ ਟਲ ਗਏ ਪੜਛਾਵੇਂ ਕਿਹੜਿਆਂ ਸੰਨਾਂ ਚੋਂ ਆਈ ਨੀ ਟਲ ਗਏ ਪੜਛਾਵੇਂ ਉਰਲੇ ਖੇਤ ਚੋਂ ਸਰੋਂ ਤੋੜੀਆ ਉਰਲੇ ਖੇਤ ਚੋਂ ਸਰੋਂ ਤੋੜੀਆ ਪਰਲੇ ਖੇਤ ਚੋਂ ਰਾਈ ਵੇ ਪਰਮਾਂ ਦੇ ਪੱਟਿਆ ਸਾਗ ਤੋੜ ਕੇ ਲਿਆਈ ਵੇ ਪਰਮਾਂ ਦੇ ਪੱਟਿਆ ਕਿਆ ਬਾਤ ਹੈ ਭਾਈ ਭਾਈ ਬਹੁਤ ਵੱਡੇ ਫੈਨ ਤੁਸੀਂ ਸਦੀਕ ਮੈਂ ਤਾਂ ਮਤਲਬ ਬਹੁਤ ਬਹੁਤ ਜਿੰਨਾ ਦੀਵਾਨਾ ਮੈਂ ਉਹਨਾਂ ਦਾ ਬਾਕੀ ਸਾਰੇ ਕਲਾਕਾਰਾਂ ਨੂੰ ਸੁਣਦਾ ਪਰ ਮੈਂ ਸਦੀਕ ਸਾਹਿਬ ਤਾਂ ਮਤਲਬ ਜਿਵੇਂ ਆਪ ਹੀ ਕੰਨਾਂ ਕੋਲ ਨੂੰ ਹੱਥ 'ਚ ਨਹੀਂ ਜਾਂਦੇ ਹੁੰਦੇ ਇੱਦਾਂ ਵੀ ਅੱਛਾ ਭਾਜੀ ਤੁਹਾਡਾ ਗਾਣਾ ਆਇਆ ਫਰਾਰ ਹਾਂਜੀ ਬਿਲਕੁਲ ਜੀ ਤੁਸੀਂ ਛੋਟੇ ਹੁੰਦੇ ਭਾਜੀ ਮਾਮਾ ਜੀ ਦੀਆਂ ਟੇਪਾਂ ਸੁਣਦੇ ਹੁੰਦੇ ਸੀ ਜਦੋਂ ਉਹ ਬਾਹਰ ਜਾਂਦੇ ਹੁੰਦੇ ਸੀਗੇ ਕਿਆ ਬਾਤ ਹੈ ਭਾਜੀ ਚੰਗੀ ਸਟੱਡੀ ਕੀਤੀ ਤੂੰ ਮੇਰੇ ਬਾਰੇ ਬਿਲਕੁਲ ਭਾਜੀ ਤੇ ਜਦੋਂ ਉਹ ਘਰ ਆਉਂਦੇ ਹੁੰਦੇ ਸੀਗੇ ਭਾਜੀ ਤੇ ਉਹਨਾਂ ਨੇ ਜਦੋਂ ਫੜ ਲਿਆ ਤੁਹਾਨੂੰ ਤੇ ਉਦੋਂ ਵੀ ਭਾਜੀ ਤੁਸੀਂ ਫਰਾਰ ਹੋ ਜਾਂਦੇ ਸੀਗੇ ਹਾਂ ਅਸਲ 'ਚ ਪਹਿਲਾਂ ਜਿਹੜਾ ਆਪਣਾ ਘਰਾਂ ਦਾ ਮਾਹੌਲ ਹੁੰਦਾ ਸੀ ਜਿਹਦੇ ਨਾ ਗਾਉਣ ਵਜਾਉਣ ਦਾ ਕਿੱਤਾ ਜਿਹੜਾ ਇਹਨੂੰ ਬਾਹਲਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਮਾਮਾ ਜੀ ਸਾਡੇ ਮਾਣਕ ਸਾਹਿਬ ਦੇ ਬਹੁਤ ਵੱਡੇ ਫੈਨ ਸੀ ਸਾਡੇ ਹੁਣ ਵੀ ਥੈਲਾ ਰੀਲਾਂ ਦਾ ਭਰਿਆ ਪਿਆ ਨਾ ਮਾਣਕ ਸਾਹਿਬ ਦੀ ਤਾਂ ਮਤਲਬ ਇੱਦਾਂ ਹੁੰਦੇ ਸੀ ਕੋਈ ਵੀ ਸੀਡੀ ਆਉਣੀ ਤਾਂ ਮਾਮਾ ਜੀ ਨੇ ਲੈ ਕੇ ਆਉਣੀ ਪਰ ਸਾਡੇ ਮਤਲਬ ਪਹਿਲਾਂ ਪਰਿਵਾਰਾਂ 'ਚ ਕੀ ਹੁੰਦਾ ਸੀ ਕਿ ਇੱਕ ਲਾਣੇਦਾਰ ਹੁੰਦਾ ਸੀ ਅਤੇ ਉਹਦੀ ਅੱਖ ਦਾ ਡਰ ਹੀ ਬਹੁਤ ਹੁੰਦਾ ਸੀ ਜਿਹਨੂੰ ਅੱਖ ਦੀ ਘੂਰ ਕਹਿ ਦਿੰਦੇ ਹਾਂ ਚਾਹੇ ਉਹ ਤੁਹਾਨੂੰ ਕੁਛ ਕਹੇ ਚਾਹੇ ਕੁਛ ਨਾ ਕਹੇ ਤਾਂ ਜਿਵੇਂ ਬੋਰਡ ਦੀ ਕਲਾਸ ਹੈ ਜਿਹੜੀ ਉਹ ਕੰਪਲਸਰੀ ਹੈ ਨਾ ਉੱਦਾਂ ਹੀ ਉਹ ਡਰ ਸਾਡੇ ਲਈ ਕੰਪਲਸਰੀ ਸੀ ਸਾਰਿਆਂ ਲਈ ਵੀ ਜੇ ਕੁਛ ਨਹੀਂ ਵੀ ਕਹਿਣਗੇ ਸਾਨੂੰ ਤਾਂ ਵੀ ਡਰ ਲੱਗਦਾ ਸੀ ਸੋ ਜਦੋਂ ਮਾਮਾ ਜੀ ਮੇਰੇ ਜੌਬ ਕਰਦੇ ਸੀ ਅਤੇ ਜਦੋਂ ਸਾਨੂੰ ਪਤਾ ਲੱਗ ਜਾਣਾ ਵੀ 4 ਵਜੇ ਮਾਮਾ ਜੀ ਨੇ ਆਉਣਾ ਅਤੇ ਅਸੀਂ ਸਾਰਾ ਕੁਛ ਉੱਦਾਂ ਹੀ ਪਰਫੈਕਟ ਇੰਚ ਵੀ ਨਾ ਜਿਵੇਂ ਆਹ ਐਨਕ ਪਈ ਹੈ ਅਤੇ ਇਹਦੀ ਡੰਡੀ ਇੱਥੇ ਲੱਗੀ ਹੈ ਮਤਲਬ ਜਦੋਂ ਚੱਕਣੀ ਇਹ ਚੀਜ਼ ਸੋਚ ਕੇ ਰੱਖਣੀ ਵੀ ਇਹਨੂੰ ਦੁਬਾਰੇ ਇੱਥੇ ਰੱਖਣਾ ਵੀ ਆ ਅੱਛਾ ਆ ਕੇ ਉੱਦਾਂ ਹੀ ਜਦੋਂ ਅਸੀਂ ਸਕੂਟਰ ਵੀ ਚਲਾਉਣੇ ਕਿਉਂਕਿ ਉਹ ਉਮਰ ਇਹੀ ਜਿਹੀ ਹੁੰਦੀ ਹੈ ਨਾ ਟਰੈਕਟਰ ਵੀ ਚਲਾਉਣਾ ਮਤਲਬ ਟਾਇਰ ਉੱਥੇ ਘਸਾ ਕੇ ਕਿਉਂਕਿ ਮਾਮਾ ਜੀ ਚਲਾਉਣ ਦੀ ਦਿੰਦੇ ਸੀ ਛੋਟੇ ਬਾਲੇ ਸੀ ਮੈਂ ਤੇ ਮੇਰੇ ਮਾਮਾ ਜੀ ਦਾ ਮੁੰਡਾ ਸੀ ਚੋਰੀ ਚੋਰੀ ਸਕੂਟਰ ਕੱਢ ਲੈਣਾ ਫਿਰ ਉੱਥੇ ਖੜਾ ਦੇਣਾ ਦੁਬਾਰੇ ਟਰੈਕਟਰ ਕੱਢ ਕੇ ਫਿਰ ਉੱਥੇ ਖੜਾ ਦੇਣਾ ਦੁਬਾਰੇ ਹੈ ਨਾ ਅਤੇ ਇੰਨੀ ਸਾਡੀ ਪ੍ਰੈਕਟਿਸ ਹੁੰਦੀ ਸੀ ਸੋ ਮਾਮਾ ਜੀ ਸੰਗੀਤ ਨੂੰ ਸੁਣਨਾ ਪਸੰਦ ਕਰਦੇ ਸੀ ਪਰ ਉਹ ਮੈਨੂੰ ਨਹੀਂ ਲੱਗਦਾ ਸੀ ਉਹ ਚਾਹੁੰਦੀ ਸੀ ਕਿ ਸਾਡੇ ਘਰੋਂ ਗਾਉਣੇ ਵਾਲਾ ਨਿਕਲੇ ਬਿਲਕੁਲ ਭਾਜੀ ਹੈ ਨਾ ਜਿਹੜਾ ਦੇਖ ਲਓ ਬਿਲਕੁਲ ਐਨ ਮਿੱਥਾਂ ਦੇ ਉੱਤੇ ਚੀਜ਼ਾਂ ਦੁਬਾਰਾ ਲਾਉਂਦਾ ਰਿਹਾ ਬਿਲਕੁਲ ਬਿਲਕੁਲ ਅੱਛਾ ਭਾਜੀ ਤੁਸੀਂ ਹੈ ਨਾ ਗਾਉਂਦੇ ਨਹੀਂ ਹੁੰਦੇ ਸੀਗੇ ਜਦੋਂ ਤੁਸੀਂ ਕਾਲਜ ਟਾਈਮ 'ਚ ਹੁੰਦੇ ਸੀਗੇ ਉਦੋਂ ਨੂੰ ਤੁਸੀਂ ਯਾਰਾਂ ਦੋਸਤਾਂ ਦੇ ਸਾਹਮਣੇ ਇੱਦਾਂ ਨਹੀਂ ਗਾਉਂਦੇ ਹੁੰਦੇ ਸੀ ਤੁਸੀਂ ਕਹਿੰਦੇ ਸੀਗੇ ਕਿ ਬਈ ਤੂੰ ਮੋਟਰਸਾਈਕਲ 'ਤੇ ਮੈਨੂੰ ਬਿਠਾ ਲਾ ਤੇਰੇ ਪਿੱਛੇ ਬਹਿ ਕੇ ਮੈਂ ਗਾ ਦੂੰਗਾ ਐਕਚੁਅਲ 'ਚ ਮੇਰਾ ਜਿਹੜਾ ਨੇਚਰ ਮੇਰੀ ਰਹੀ ਆ ਉਹ ਬੋਡੀ ਨਾ ਸੰਗਾਊ ਟੈਪ ਹੁਣ ਵੀ ਮੈਂ ਮੈਨੂੰ ਸੰਗ ਬਹੁਤ ਜ਼ਿਆਦਾ ਲੱਗਦੀ ਹੈ ਚਲੋ ਤੁਹਾਨੂੰ ਸੰਗ
हाँ तेरे तो तू जेठ लगता मैं जेठ एक मिनट देखियो खड़े हो जरा एक मिनट खड़े हो जरा आ लो जेठ ते मतलब गाउण तो मैं बहुत चलता हुंदा सी अच्छा जी भी यार हुण गाना सुनाउणा पैणा पर मतलब ना ਗਾਉਣ ਨੂੰ ਅੰਦਰੋਂ ਜੀ ਬਹੁਤ ਕਰਦਾ ਹੁੰਦਾ ਸੀ ਫਿਰ ਸਾਡਾ ਕੋਈ ਵੀ ਸੱਜਣ ਮੈਂ ਉਹਨੂੰ ਕਹਿਣਾ ਵੀ ਤੂੰ ਮੈਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਮੈਂ ਤੈਨੂੰ ਦੇਵੀ ਬਾਈ ਦਾ ਗਾਣਾ ਫਿਰ ਉਹਨੇ ਮੋਟਰਸਾਈਕਲ ਦੇ ਪਿੱਛੇ ਮੈਨੂੰ ਬਿਠਾ ਲੈਣਾ ਫਿਰ ਉਹਨੇ ਮਤਲਬ ਗਾਣਾ ਸੁਣ ਕੇ ਇਹ ਨਹੀਂ ਸੀਗਾ ਮੈਨੂੰ ਐਪਰੀਸ਼ੀਏਟ ਬਹੁਤ ਕਰਦੇ ਸੀ ਯਾਰ ਤੂੰ ਤਾਂ ਜਮਾਂ ਜਿਵੇਂ ਪਰਫੈਕਟ ਗਾ ਲੈਂਦਾ ਬਾਈ ਜਿਵੇਂ ਮੈਂ ਉਹਨੂੰ ਮੈਂ ਕਿਹਾ ਵੀ ਵਾਕਈ ਮੈਂ ਗਾਉਣਾ ਹੈ ਕਿਉਂਕਿ ਮੈਨੂੰ ਜਨੂੰਨ ਸੀ ਮੈਨੂੰ ਸ਼ੌਂਕ ਸੀ ਜਿਹੜੇ ਮੇਰੇ ਫਰੈਂਡ ਸੀ ਉਹ ਬੜਾ ਮੈਨੂੰ ਸੀਰੀਅਸ ਨਹੀਂ ਲੈਂਦੇ ਸੀ ਉਹ ਕਹਿੰਦੇ ਵੀ ਛੱਡ ਪਰੇ ਮਤਲਬ ਇੱਕ ਤਾਂ ਹੁੰਦਾ ਤੁਹਾਡੇ ਦੋਸਤ ਨੇ ਤੁਹਾਨੂੰ ਸਪੋਰਟ ਕਰਦੇ ਆ ਉਹ ਕਹਿੰਦੇ ਆਪਾਂ ਕੋਈ ਹੋਰ ਕੰਮ ਕਰ ਲੈਂਦੇ ਹਾਂ ਵੀ ਇੱਧਰ ਲੈਣ 'ਚ ਨੂੰ ਨਾ ਹੀ ਜਾਈਏ ਕੀ ਪਤਾ ਚੱਲੇਗਾ ਕਿ ਨਹੀਂ ਚੱਲੇਗਾ ਟਾਈਮ ਖਰਾਬ ਹੋਊਗਾ ਲੈਦਾ ਪਰ ਜਿਹੜਾ ਤੁਹਾਡਾ ਜਨੂੰਨ ਹੁੰਦਾ ਤੁਹਾਡੇ ਜੇ ਤੁਸੀਂ ਆਪਣੇ ਸੁਪਨੇ ਲਈ ਸੱਚੇ ਹੋ ਅਤੇ ਇਮਾਨਦਾਰ ਹੋ ਤਾਂ ਉਹ ਇੱਕ ਨਾ ਇੱਕ ਦਿਨ ਮਹਾਰਾਜ ਪੂਰਾ ਕਰਦਾ ਰਾਹ ਆਪਣੇ ਆਪ ਹੀ ਬਣਾ ਦਿੰਦਾ ਅੱਛਾ ਭਾਅ ਜੀ ਮੋਟਰਸਾਈਕਲ ਵਾਲੀ ਗੱਲ ਹੋਈ ਆ ਤਾਂ ਹੁਣ ਮੋਟਰਸਾਈਕਲ ਆਪਾਂ ਇੱਥੇ ਵੀ ਬਣਾਉਂਦੇ ਹਾਂ ਹੁਣ ਇੱਥੇ ਤੇਰੇ ਲਈ 350 ਕਿੱਥੋਂ ਲੈ ਕੇ ਆਈਏ ਇੱਥੇ ਬਣਾਉਣਾ ਭਾਅ ਜੀ ਆਪਾਂ ਤੁਸੀਂ ਦੇਖਿਓ ਤੁਸੀਂ ਹੁਣੇ ਅੱਛਾ ਹਾਂ ਕੀ ਬਾਤ ਆ ਵੀ ਤੂੰ ਪਾ ਰਿਹਾ ਤੂੰ ਕੁਛ ਵੀ ਕਰ ਸਕਦਾ ਭਾਅ ਜੀ ਆਪਣਾ ਹੁਣ ਆ ਗਿਆ ਜੀ ਮੋਟਰਸਾਈਕਲ ਠੀਕ ਹੈ ਜੀ ਅਤੇ ਹੁਣ ਆਪਾਂ ਮੈਂ ਤੁਹਾਡਾ ਕਾਲਜ ਦਾ ਦੋਸਤ ਆ ਠੀਕ ਹੈ ਅਤੇ ਹੁਣ ਤੁਸੀਂ ਮੈਨੂੰ ਪਿੱਛੇ ਬਹਿ ਕੇ ਗਾਣਾ ਸੁਣਾਉਣਾ ਹੁਣ ਮੈਂ ਤੁਹਾਨੂੰ ਡਿਮਾਂਡ ਕੀਤੀ ਸੀ ਚੱਲ ਮਾਰ ਕੇ ਯਾਰ ਮੋਟਰਸਾਈਕਲ ਸਟਾਰਟ ਤਾਂ ਹੁੰਦਾ ਨਹੀਂ ਤੇਰਾ ਗਾਣਾ ਨਹੀਂ ਤੇਰੀ ਇੱਕ ਛੋਟੀ ਜਿਹੀ ਬੋਲੀ ਬਣਦੀ ਜਮਾਂ ਜਿਹੜੀ ਇੱਦਾਂ ਸ਼ੁਰੂ ਕਰਦੇ ਸਾਰ ਹੀ ਖਤਮ ਹੋ ਜਾਏ ਨਹੀਂ ਨਹੀਂ ਹੋ ਗਿਆ ਸਟਾਰਟ ਭਾਜੀ ਕਿਆ ਬਾਤ ਹੈ ਬਈ ਖੱਡਿਆਂ ਖੱਡਿਆਂ 'ਚ ਹੌਲੀ ਚਲਾ ਥੋੜ੍ਹਾ ਜਿਹਾ ਉਹ ਸੁਣ ਬਰਮਿੰਗਮ ਰਹਿੰਦੀ ਏ ਕੁੜੀਏ ਹੁਸਨ 85 ਡਿਗਰੀ ਨੀ ਪੁੱਜ ਕੇ ਜੱਟ ਦਾ ਨੇਚਰ ਸਾਊ ਕਿਸੇ ਨਾਲ ਨਾ ਵਿਗੜੀ ਐਜੂਕੇਟਡ ਸਰਕਲ ਸਾਡਾ ਤੇਰੇ ਵਰਗਾ ਦਿਲ ਵਿੱਚ ਹੈ ਬੇਫਿਕਰੀ ਬਦਲ ਮਾਹੌਲ ਗਿਆ ਸਪੀਡ ਬ੍ਰੇਕਰ ਆ ਗਿਆ ਸਪੀਡ ਬ੍ਰੇਕਰ ਆ ਗਿਆ ਭਾਜੀ ਸਪੀਡ ਬ੍ਰੇਕਰ ਆ ਗਿਆ ਬਸ ਇੰਨਾ ਹੀ ਬਹੁਤ ਆ ਤੇਰੇ ਲਈ ਟਿਕਟੋਕ ਦੀ ਗੱਲ ਕਰਦੇ ਆਪਾਂ ਉਹ ਸਭ ਤੋਂ ਵੱਡਾ ਅੱਜ ਦੀ ਡੇਟ ਦਾ ਜਿਹੜਾ ਮੁੱਦਾ ਹੈ ਮਤਲਬ ਕੀ ਮੁੱਦਾ ਕਹਿ ਸਕਦੇ ਹਾਂ ਪਤਾ ਨਹੀਂ ਕੀ ਕਹਿ ਸਕਦੇ ਹਾਂ ਬਟ ਦੁਨੀਆ ਨੂੰ ਵਿਵਸਥਾ ਪਾਈ ਪਈ ਆ ਟਿਕਟੋਕ ਨੇ ਕਲਾਕਾਰਾਂ ਨੂੰ ਵੱਧ ਪਾਈ ਆ ਦੁਨੀਆ ਨੂੰ ਘੱਟ ਪਾਈ ਫਿਰ ਟਿਕਟੋਕ ਵਾਲਾ ਗਾਣਾ ਬਣਾਓ ਟਿਕਟੋਕ ਵਾਲਾ ਤੁਸੀਂ ਬਣਾਏਗਾ ਨਹੀਂ ਭਾਈ ਟਿਕਟੋਕ ਯਾਰ ਵੀਰੇ ਦੇਖ ਹੁਣ ਤੱਕ ਤਾਂ ਨਹੀਂ ਬਣਾਈ ਮੇਰਾ ਜ਼ੋਰ ਚੱਲਦਾ ਸੀ ਬਟ ਹੁਣ ਜਦੋਂ ਗਾਣਾ ਕਰਨਾ ਹੁੰਦਾ ਨਾ ਹੁਣ ਕੰਪਨੀ ਵਾਲੇ ਪਹਿਲਾਂ ਡਿਮਾਂਡ ਰੱਖਣ ਲੱਗ ਗਏ ਕਿ ਟਿਕਟੋਕ ਵੀ ਜ਼ਰੂਰੀ ਟਿਕਟੋਕ ਦੀ ਐਡ ਵੀ ਟਿਕਟੋਕ ਇੰਡਸਟਰੀ ਬਣ ਗਈ ਐਕਚੁਅਲ 'ਚ ਨਾ ਚਲੋ ਵਧੀਆ ਗੱਲ ਹੈ ਜਿਹੜੇ ਮੁੰਡੇ ਕੰਮ ਕਰਦੇ ਆ ਘੱਟੋ ਘੱਟ ਰੁਜ਼ਗਾਰ ਲੱਗ ਗਏ ਪੈਸੇ ਬਣਾਉਂਦੇ ਆ ਨਾ ਸਹੀ ਵੇ ਨਾਲ ਵਰਤੋ ਉਹ ਚੰਗੀ ਗੱਲ ਹੈ ਮਤਲਬ ਸਾਰਾ ਕੁਛ ਛੱਡ ਕੇ 24 ਘੰਟੇ ਟਿਕਟੋਕ 'ਤੇ ਕਈ ਤਾਂ ਨਾ ਉਹ ਚੀਜ਼ ਗਲਤ ਹੈ ਤੁਸੀਂ ਬਣਾਓ ਹੁਣ ਮੈਂ ਵੀ ਬਣਾਈ ਆ ਮੈਂ ਨਹੀਂ ਕਹਿੰਦਾ ਮੈਂ ਆਪਦਾ ਗਾਣਾ ਪ੍ਰਮੋਟ ਕੀਤਾ ਉਹਦੇ 'ਤੇ ਪਰ ਕਈ ਇੱਦਾਂ ਵੀ ਦਿਨ ਪਰ ਰਾਤ ਜਿਵੇਂ ਮੰਨ ਲਓ ਨਾ ਹੁਣ ਇੱਕ ਚੀਜ਼ ਮੈਨੂੰ ਇਹ ਬਹੁਤ ਤ੍ਰਾਸਦੀ ਹੈ ਪੰਜਾਬ ਦੀ ਕਿ ਕੋਈ ਬਜ਼ੁਰਗ ਬੈਠਾ ਨਾ 60-70 ਸਾਲ ਦਾ ਅਤੇ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਹੈ ਨਾ ਕੀ ਆ ਉਹਨੂੰ ਕਹਿਣਗੇ ਬਾਬਾ ਐਂ ਕਰ ਦੇ ਉਹ ਕਰੂਗਾ ਇੱਦਾਂ ਬਾਬਾ ਐਂ ਕਹਿ ਦੇ ਉਹ ਵਿਚਾਰਾ ਨਾ ਉਹ ਫਿਰ ਉਹਨਾਂ ਦੀ ਜਿਹੜੀ ਮਾਸੂਮੀਅਤ ਹੈ ਉਹਦਾ ਮਜ਼ਾਕ ਜਿਹੜਾ ਬਣ ਰਿਹਾ ਉਹ ਫਿਰ ਕਿਤੇ ਨਾ ਕਿਤੇ ਪਾਪੂਲਰ ਹੋ ਜਾਂਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਚੱਲ ਗਿਆ ਵਾਇਰਲ ਹੋ ਗਿਆ ਵਾਇਰਲ ਹੋ ਗਿਆ ਨਾ ਉਹ ਕਿਸੇ ਦੀ ਮਾਸੂਮੀਅਤ ਹੁੰਦੀ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਕਰਨਾ ਚਾਹੀਦਾ ਬਾਕੀ ਹੁਣ ਦੁਨੀਆ ਨੂੰ ਰੋਕ ਤਾਂ ਆਪਾਂ ਸਕਦੇ ਨਹੀਂ ਇਹ ਤਾਂ ਗੱਲ ਹੈ ਭਾਜੀ ਅੱਛਾ ਭਾਜੀ ਪਿੱਛੇ ਵਿਆਹ ਸ਼ਾਦੀਆਂ ਦੀ ਵੀ ਗੱਲ ਹੋਈ ਹੈ ਹਨਾ ਵਿਆਹ ਸ਼ਾਦੀਆਂ ਤੁਸੀਂ ਭਾਜੀ ਹਨਾ ਸ਼ੋਅ ਲਾਉਂਦੇ ਹੋ ਹਨਾ ਅਤੇ ਭਾਜੀ ਕਦੀ ਇੱਦਾਂ ਹੋਇਆ ਕੋਈ ਆਏ ਕੋਈ ਬੰਦਾ ਪੈਸੇ ਇੱਦਾਂ ਫੜਿਆ ਹੋਏ ਆਪਣਾ ਜੱਸਿਆ ਗੱਲ ਸੁਣ ਮੇਰੀ ਉਹ ਗਾਣਾ ਸੁਣਾ ਰਹੇ ਪਹਿਲਾਂ ਲਗਾ ਬਹੁਤ ਵਾਰੀ ਮਤਲਬ ਆਹੀ ਗਾਣਾ ਅੱਛਾ ਸੇਮ ਸਾਡਾ ਇੱਕ ਫੰਕਸ਼ਨ ਸੀ ਜਗਰਾਵਾਂ ਰਾਤ ਨੂੰ ਅੱਛਾ ਅਤੇ ਮਤਲਬ ਅਕਸਰ ਜਿਹੜੇ ਪੰਜਾਬ ਦੇ ਜਿਹੜੇ ਲੈਜੈਂਡ ਗਾਉਣੇ ਵਾਲੇ ਨੇ ਉਹਨਾਂ 'ਚੋਂ ਮਾਣਕ ਸਾਹਿਬ ਵੀ ਇੱਕ ਨੇ ਚਮਕੀਲਾ ਸਾਹਿਬ ਤਾਂ ਮਤਲਬ ਅਮਰ ਨੇ ਸਦੀਕ ਸਾਹਿਬ ਆਪਣਾ ਹੈਗੇ ਨੇ ਮਹਾਰਾਜ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਹੋਰ ਇਹ ਜਿਹੜੇ ਤਿੰਨ ਫਨਕਾਰ ਨੇ ਸਾਡੀ ਕੋਈ ਸਟੇਜ ਇੱਦਾਂ ਦੀ ਨਹੀਂ ਹੁੰਦੀ ਜਾਂ ਤਾਂ ਅਸੀਂ ਆਪ ਗਾ ਦਿੰਦੇ ਹਾਂ ਨਾ ਜਾਂ ਫਿਰ ਅੱਗੇ ਤੋਂ ਫਰਮਾਇਸ਼ ਆ ਜਾਂਦੀ ਹੈ ਸੋ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਸਾਡਾ ਇੱਕ ਫੰਕਸ਼ਨ ਸੀ ਬਾਹਰ ਅਮੈਰੀਕਾ ਤੋਂ ਸੀ ਉਹਨਾਂ ਨੇ ਮਤਲਬ ਸਾਡਾ ਆਲਮੋਸਟ ਪ੍ਰੋਗਰਾਮ ਡਨ ਹੋ ਗਿਆ ਸੀ ਅਤੇ ਉਹਨਾਂ ਨੇ ਕਿਹਾ ਵੀ ਜਾਂਦੇ ਜਾਂਦੇ ਬਾਈ ਇਹ ਚਮਕੀਲਾ ਸਾਹਿਬ ਦਾ ਗਾਣਾ ਜ਼ਰੂਰ ਸਾਨੂੰ ਸੁਣਾ ਕੇ ਜਾਓ ਤਾਂ ਮਤਲਬ ਉਹ ਇੱਦਾਂ ਹੀ ਸੀ ਥੋੜ੍ਹੇ ਜਿਹੇ ਮਾਹੌਲ 'ਚ ਸੀ ਅਕਸਰ ਵਿਆਹਾਂ 'ਚ ਲੋਕ ਖੁਸ਼ੀ ਦੇ ਮੌਕੇ 'ਤੇ ਮੇਰੀ ਵੀ ਡਿਮਾਂਡ ਹੈ ਜੱਸਾ ਜੀ
ਪਹਿਲੇ ਲਲਕਾਰੇ ਨਾਲ ਮੈਂ ਡਰ ਗਈ, ਉਹ ਦੂਜੇ ਲਲਕਾਰੇ ਵੇ ਅੰਦਰ ਵੜ ਗਈ, ਤੀਜੇ ਲਲਕਾਰੇ ਨਾਲ ਨਾ ਮੇਰਾ ਲੈ ਕੇ ਸਿੱਧਾ ਆਣ ਕੇ ਦਰਾਂ ਦੇ ਵਿੱਚ ਵੱਜਿਆ। ਪੱਟੂ ਫਿਰਦਾ ਹੋ ਫਿਰਦਾ ਸ਼ਰਾਬ ਨਾਲ ਰੱਜਿਆ, ਪੱਟੂ ਫਿਰਦਾ। ਆਏ ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ, ਬਹੁਤ ਮਜ਼ਾ ਆਇਆ ਤੁਹਾਡੇ ਨਾਲ ਚਾਹ ਤੇ ਚੁਸਕੀ ਲਾ ਕੇ ਭਾਜੀ। ਬੜੀ ਮਿਹਰਬਾਨੀ, ਤੇ ਜਿਹੜੀ ਤੂੰ ਚਾਹ ਬਣਾ ਕੇ ਪਿਲਾਈ ਬਹੁਤ ਬਾਕਮਾਤ। ਸੋ ਮੈਂ ਆਪਣੇ ਸਰੋਤਿਆਂ ਨੂੰ ਵੀ ਇਹ ਅਪੀਲ ਜ਼ਰੂਰ ਕਰੂੰਗਾ, ਜਿਹੜੇ ਚਾਹ ਦੀ ਚੁਸਕੀ ਬਾਈ ਦੇ ਢਾਬੇ ਮੂਹਰੇ, ਪਾਰੇ ਦੇ ਢਾਬੇ ਮੂਹਰੇ ਜਿੰਨੇ ਵੀ ਸੱਜਣ ਲੰਘਦੇ, ਨਾਲੇ ਤਾਂ ਦੇਖੋ STDPCO ਤੋਂ ਫੋਨ ਕਰ ਸਕਦੇ ਹੋ, ਫੋਨ ਕਰਦੇ ਕਰਦੇ ਇਹਨੇ ਤੁਹਾਨੂੰ ਚਾਹ ਬਣਾ ਕੇ ਪਿਲਾ ਦੇਣੀ ਹੈ, ਜ਼ਰੂਰ ਆ ਕੇ ਜਾਓ। ਥੈਂਕ ਯੂ ਜੀ। ਸੋ ਮੈਂ ਪਟਾਰਾ TV ਦੀ ਸਾਰੀ ਟੀਮ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਅੱਜ ਬੁਲਾ ਕੇ ਫਾਈਨਲੀ। ਮੈਂ ਬਹੁਤ ਚਿਰ ਦਾ ਪਿੱਛੇ, ਜਦੋਂ ਤੁਸੀਂ ਰੈਗੂਲਰ ਵੇਜ ਕੰਮ ਕਰਦੇ ਹੋ ਨਾ, ਥੋੜ੍ਹਾ ਦਿਮਾਗ ਥੋੜ੍ਹਾ ਉਮੀਦ ਹੋ ਜਾਂਦਾ ਜੀ, ਤਾਂ ਥੋੜ੍ਹਾ ਜਿਹਾ ਇੱਦਾਂ ਇੰਟਰਵਿਊ ਕਰਕੇ ਥੋੜ੍ਹਾ ਰਿਲੀਫ ਫੀਲ ਹੁੰਦਾ, ਥੋੜ੍ਹੀਆਂ ਗੱਲਾਂ ਬਾਤਾਂ। ਬੇਸਿਕਲੀ ਇਹ ਕੋਈ ਉੱਦਾਂ ਦਾ ਆਪਣਾ ਚਾਹ ਦੀ ਚੁਸਕੀ ਇੱਕ ਉੱਦਾਂ ਦਾ ਫੰਕਸ਼ਨ, ਮੈਂ ਦੇਖਦਾ ਰਹਿਣਾ ਪ੍ਰੋਗਰਾਮ ਹੈ ਕਿ ਤੁਸੀਂ ਐਜ਼ ਐਨ ਫੰਚ, ਨਾਲੇ ਤੁਹਾਡੀਆਂ ਜਿਹੜੀਆਂ ਮੈਮਰੀਆਂ ਨੇ ਜੀ ਤੁਸੀਂ ਉਹ ਸ਼ੇਅਰ ਕਰ ਲੈਂਦੇ ਹੋ, ਅਤੇ ਲੱਗਦਾ ਹੀ ਨਹੀਂ ਕਿ ਇਹ ਇੱਕ ਇੰਟਰਵਿਊ ਆ, ਐਜ਼ ਐਨ ਫਨ ਦੇ ਤੌਰ 'ਤੇ, ਅਤੇ ਪਾਰਾ ਸਾਡਾ ਭਰਾ ਬੱਲੇ ਬੱਲੇ ਆ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਮੇਰੀ ਵੀ ਦਿਲੋਂ ਦੁਆ ਭਾਜੀ ਤੁਹਾਡੀ, ਬੜੀ ਮਿਹਰਬਾਨੀ, ਆਉਣ ਵਾਲੇ ਗਾਣੇ, ਥੈਂਕ ਯੂ, ਆਉਣ ਵਾਲੀਆਂ ਫਿਲਮਾਂ ਸੁਪਰ ਡੁਪਰ ਹਿੱਟ ਹੋਣ, ਬਹੁਤ ਮਿਹਰਬਾਨੀ, ਥੈਂਕ ਯੂ ਪਟਾਰਾ TV ਦੀ ਸਾਰੀ ਟੀਮ ਦਾ, ਅਤੇ ਸਾਡੇ ਪਟਾਰਾ ਪਲੱਸ ਪਾਰਾ ਦੋਵਾਂ ਦਾ ਧੰਨਵਾਦ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਜਿੰਨੇ ਵੀ ਸੱਜਣ ਦੇਸ਼ਾਂ ਵਿਦੇਸ਼ਾਂ 'ਚ ਪੰਜਾਬੀ ਦੇਖ ਰਹੇ ਆ, ਵੱਸਦੇ ਆ, ਸਾਰਿਆਂ ਦਾ ਬਹੁਤ ਤਹਿ ਦਿਲ ਤੋਂ ਸ਼ੁਕਰਗੁਜ਼ਾਰ, ਅਤੇ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਕਿਆ ਬਾਤ ਹੈ ਜੀ, ਥੈਂਕ ਯੂ ਸੋ ਮਚ ਭਾਜੀ ਮੇਰੇ ਖੋਖੇ ਤੇ ਆਉਣ ਲਈ, ਤੇ ਮਿਲਦਾ ਹੈ ਜੀ ਪਾਰਾ ਸਿੰਘ ਅਗਲੇ ਹਫਤੇ ਅਗਲੇ ਕਲਾਕਾਰ ਦੇ ਨਾਲ। ਥੈਂਕ ਯੂ ਸੋ ਮਚ, ਬਾਏ ਬਾਏ, ਟਾਟਾ।